ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਪੰਜਾਬ ਨਾਮਾ 'ਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਖਾਸ ਮਹਿਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਸਾਬਕਾ ਕੈਬਨਿਟ ਮੰਤਰੀ ਨੇ ਔਰ ਤੁਹਾਨੂੰ ਪਤਾ ਹੈ ਕਿ ਲੰਬਾ ਸਮਾਂ ਸਿੱਖਿਆ ਮੰਤਰੀ ਵੀ ਰਹੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਤੁਹਾਡਾ ਸਵਾਗਤ ਹੀ ਸਭ ਤੋਂ ਪਹਿਲਾਂ ਮਿਹਰਬਾਨੀ ਜੀ ਮਿਹਰਬਾਨੀ ਚੀਮਾ ਸਾਹਿਬ ਨੇ ਅੱਜ ਅਸੀਂ ਇਸ ਕਰਕੇ ਤਕਲੀਫ ਦਿੱਤੀ ਹੈ ਬਹੁਤ ਸਾਰੇ ਮੁੱਦੇ ਨੇ ਕਿਸਾਨ ਆंदोलਨ ਚੱਲ ਰਿਹਾ ਹੈ ਪੰਜਾਬ ਦੇ ਵਿਧਾਨ ਸਭਾ ਚੋਣਾਂ ਸਿਰ ਤੇ ਆਈਆਂ ਹੋਈਆਂ ਹਨ ਔਰ ਪੰਜਾਬ ਦੀ ਰਾਜਨੀਤੀ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਰਫੀ ਕਦੇ ਵੀ ਕੀਤਾ ਨਹੀਂ ਜਾ ਸਕਦਾ ਔਰ ਕਿਆਸ ਵੀ ਨਹੀਂ ਲਾਇਆ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਦੀ ਰਾਜਨੀਤੀ ਪੂਰੀ ਹੋ ਸਕਦੀ ਹੈ ਸੋ ਬਹੁਤ ਸਾਰੇ ਮੁੱਦੇ ਨੇ ਉਹਨਾਂ ਤੇ ਵਿਚਾਰ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਜਿਹੜਾ ਸਵਾਲ ਹੈ ਮੇਰਾ ਇਹ ਸਵਾਲ ਤੁਹਾਨੂੰ ਕਿਸਾਨ ਆंदोलਨ ਨੂੰ ਲੈ ਕੇ ਹੈ ਕਿ ਕਿਸਾਨ ਆंदोलਨ ਜਿਸ ਤਰ੍ਹਾਂ ਬਿਲਕੁਲ ਇਹ ਫੈਸਲਾ ਹੋ ਚੁੱਕਿਆ ਹੈ ਕਿ ਜਦ ਤੱਕ ਕਾਨੂੰਨ ਵਾਪਸ ਨਹੀਂ ਹੋਏਗਾ ਉਨੀ ਦੇਰ ਤੱਕ ਅਸੀਂ ਘਰਾਂ ਨੂੰ ਨਹੀਂ ਆਵਾਂਗੇ ਕਿਸਾਨ ਆਗੂ ਅਨਿਸ਼ਾਫ ਕਰਤਾ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿ ਕੇਂਦਰੀ ਸਰਕਾਰ ਨੂੰ મોદી ਸਰਕਾਰ ਨੂੰ ਇਸ ਵੇਲੇ ਕਰਨਾ ਕੀ ਚਾਹੀਦਾ ਹੈ ਲੇਕੋ ਗੱਲ ਇਹ ਹੈ ਮਦਨਦੀਪ ਜੀ ਜੇ ডেমোক্রেটিক ප්‍රාමාවල දෙකි জি ਤੇ कधी ਵੀ ਕੋਈ ਸਰਕਾਰ ਇਸ ਤਰ੍ਹਾਂ ਜਿੱਦ ਕਰਦੀ ਚੰਗੀ ਨਹੀਂ ਲੱਗਦੀ ਹੂੰ ਜਦੋਂ ਜਿਸ ਵਰਗ ਵਾਸਤੇ ਕੋਈ ਕਾਨੂੰਨ ਤੁਸੀਂ ਬਣਾਇਆ ਜੀ ਉਸ ਵਰਗ ਦੇ ਵਿੱਚ ਇਹਦੇ ਪ੍ਰਤੀ ਇੰਨੀ ਬੇਚੈਨੀ ਹੈ ਇੰਨੀ ਅਨਰੈਸਟ ਹੈ ਜੀ ਇੰਨਾ ਲੰਬਾ ਉਹ ਸੰਘਰਸ਼ ਕਰ ਰਿਹਾ ਜੀ ਤੇ ਤੁਸੀਂ ਫਿਰ ਇਹ ਰੱਟ ਲਗਾਈ ਜਾਓ ਕਿ ਇਹ ਬਿੱਲ ਤੁਹਾਡੇ ਫਾਇਦੇ ਵਾਸਤੇ ਬਣਾਏ ਗਏ ਆ ਇਸ ਕਰਕੇ ਇਹ ਵਾਪਸ ਨਹੀਂ ਹੋਣੀ ਜੀ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ ਜੀ ਕਿਉਂਕਿ ਕੋਵਿਡ ਦੀ ਮਹਾਮਾਰੀ ਦੇ ਦੌਰਾਨ ਜਦੋਂ ਸਾਰਾ ਦੇਸ਼ ਲਾਕਡਾਊਨ ਦੇ ਵਿੱਚ ਸੀ ਆਰਡੀਨੈਂਸ ਦੇ ਜਰੀਏ ਇਹ ਕਾਨੂੰਨ ਬਣੇ ਸੀ ਜੀ ਇਸ ਲਈ ਜਦੋਂ ਜਨਤਾ ਨੇ ਕਿਸਾਨਾਂ ਨੇ ਇਹਦੇ ਉੱਤੇ ਐਡਾ ਵੱਡੀ ਬੇਪਰੋਸਗੀ ਪ੍ਰਗਟ ਕੀਤੀ ਹੈ ਜੀ ਤੇ ਕੇਂਦਰ ਨੂੰ ਚਾਹੀਦਾ ਹੁੰਦਾ ਕਿ ਵੇਡਰ ਕਰ ਲਵੇ ਜੀ ਇਹ ਪਹਿਲੀ ਵਾਰ ਨਹੀਂ ਹੋਣਾ ਕਿ ਕੋਈ ਕਾਨੂੰਨ ਵਾਪਸ ਹੋਇਆ ਜਾਂ ਰੱਦ ਹੋਇਆ ਜੀ ਬੜੀ ਵਾਰੀ ਜਿਹੜੀ ਆ ਲੋਕਾਂ ਦੀ ਭੈਤਰੀ ਵਾਸਤੇ ਸਰਕਾਰ ਚੰਗਾ ਸੋਚ ਕੇ ਫੈਸਲਾ ਕਰਦੀ ਆ ਜੀ ਪਬਲਿਕ ਜਦੋਂ ਉਹਦੇ ਉੱਤੇ ਰੈਕਟ ਕਰਦੀ ਆ ਤੇ ਸਰਕਾਰ ਆਪਣੇ ਆਪ ਨੂੰ ਵਿਡਰੈ ਕਰਦੀ ਆ ਇੱਕ ਇਥੇ ਡਾਕਟਰ ਸਾਹਿਬ ਹੋਰ ਸਵਾਲ ਪੈਦਾ ਹੁੰਦਾ ਤੁਸੀਂ ਕਾਨੂੰਨਾਂ ਦੇ ਖਿਲਾਫ ਸਰਕਾਰ ਨੂੰ ਛੱਡਿਆ ਭਾਈ ਵਾਲੀ ਛੱਡੀ ਪਾਰਟੀ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਛੱਡ ਹੋਏ ਤੁਸੀਂ ਜਿਵੇਂ ਕਿਸਾਨ ਕਹਿ ਰਿਹਾ ਜੇ ਕਾਨੂੰਨ ਵਾਪਸ ਹੋ ਜਾਣ ਤਾਂ ਅਸੀਂ ਅੰਦੋਲਨ ਵਾਪਸ ਲੈ ਲਵਾਂਗੇ ਜੇ ਕਾਨੂੰਨ ਕੇਂਦਰੀ ਸਰਕਾਰ ਵਾਪਸ ਲੈਣ ਦੀ ਮੋਦੀ ਸਰਕਾਰ ਤਾਂ ਕੀ ਸ਼੍ਰੋਮ ਨੇ ਕਾਲੀਦਾਲ ਤੇ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਪੰਜਾਬ ਦੇ ਵਿਧਾਨ ਸਭਾ ਚੋਣਾਂ ਇਕੱਠੀਆਂ ਲੜ ਸਕਦੀ ਹੈ ਨਹੀਂ ਦੇਖੋ ਅੱਜ ਦੇ ਡੇਟ ਦੇ ਵਿੱਚ ਜਿਹੜੀ ਹੈ ਇਹ ਚੀਜ਼ਾਂ ਸੰਭਵ ਨਹੀਂ ਹੈ ਜੀ ਕਿਉਂਕਿ ਸਾਡੀ ਜਿਹੜੀ ਨਾਰਾਜ਼ਗੀ ਹੈ ਬੜੀ ਜੈਨੂਇਨ ਸੀ ਅਸੀਂ ਸਿਧਾਂਤਕ ਤੌਰ ਦੇ ਉੱਤੇ ਫੈਸਲਾ ਲਿਆ ਕਿਉਂਕਿ ਅਸੀਂ ਜਿਹੜੀ ਗੱਲ ਅੱਜ ਕਿਸਾਨ ਬਾਹਰ ਕਹਿ ਰਿਹਾ ਇਹ ਗੱਲ ਅਸੀਂ ਅੰਦਰ ਪਾਰਟੀ ਫੋਰਮ ਦੇ ਉੱਤੇ ਐਨਡੀਏ ਦੇ ਫੋਰਮ ਦੇ ਉੱਤੇ ਹਰ ਥਾਂ ਦੇ ਉੱਤੇ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਗੱਲ ਕੀਤੀ ਹੈ ਕਿਸਾਨ ਕੋਈ ਇਹਦੇ ਉੱਤੇ ਸਹਿਮਤ ਨਹੀਂ ਹੈ ਜੀ ਇਹਨੂੰ ਵਾਪਸ ਲੈ ਜਾ ਜੀ ਉਹਨਾਂ ਨੇ ਸਾਡੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਤੇ ਅਸੀਂ ਵੱਡਾ ਫੈਸਲਾ ਲਿਆ ਪਹਿਲਾਂ ਕੈਬਨਿਟ ਦੀ ਜਿਹੜੀ ਹੈਗੀ ਆ ਉਹ ਵਿਜ਼ਾਰਤ ਤੋਂ ਅਸਤੀਫਾ ਦਿੱਤਾ ਜੀ ਉਸ ਤੋਂ ਬਾਅਦ ਅਸੀਂ ਅੰਡੀਏ ਦੇ ਵਿੱਚੋਂ ਬਾਹਰ ਆਏ ਬਿਲਕੁਲ ਇਸ ਕਰਕੇ ਜਦੋਂ ਵਿਸ਼ਵਾਸ ਨਾ ਰਹੇ ਜਦੋਂ ਉਹ ਕੋਈ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ ਫਿਰ ਉੱਥੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੁੰਦਾ ਜੀ ਇਸ ਕਰਕੇ ਅਸੀਂ ਤਾਂ ਕਿੰਨੇ ਕਿ ਦੇਸ਼ ਦੇ ਹਿੱਤ ਵਿੱਚ ਕਿਸਾਨੀ ਦੇ ਹਿੱਤੇ ਵਿੱਚ ਉਹਨਾਂ ਨੂੰ ਵੀ ਵਾਪਸ ਲੈ ਲੈਣਾ ਚਾਹੀਦਾ ਪਰ ਸਾਡਾ ਜਿਹੜਾ ਫੈਸਲਾ ਇੱਥੇ ਹੈ ਉਹ ਜੋ ਫੈਸਲਾ ਹੋ ਚੁੱਕਿਆ ਉਹ ਉਹ ਉੱਤੇ ਤੇ ਸਟੈਂਡ ਉੱਥੇ ਹੀ ਤੁਸੀਂ ਸਟੈਂਡ ਕਰੋਗੇ ਇੱਕ ਇਹਦੇ ਵਿੱਚ ਬਹੁਤ ਸਾਰੇ ਗੱਲਾਂ ਆ ਰਹੀਆਂ ਮੈਂ ਕਿਸੇ ਬਹੁਤ ਵੱਡੇ ਇੱਕ ਰਾਜਨੀਤਿਕ ਕੋਲ ਬੈਠਾ ਸੀ ਕਿਸੇ ਵੱਡੀ ਪਾਰਟੀ ਦੇ ਲੀਡਰ ਕੋਲ ਬੈਠਿਆ ਸੀ ਉਹ ਇਹ ਕਹਿ ਰਹੇ ਸੀ ਕਿ ਜਿਹੜਾ ਇਹ ਕਿਸਾਨ ਅੰਦੋਲਨ ਹੈ ਇਦੇ ਵਿੱਚੋਂ ਪੰਜਾਬ ਦੇ ਅੰਦਰ ਨਵੀਂ ਰਾਜਨੀਤੀ ਦੀਆਂ ਸੰਭਾਵਨਾਵਾਂ ਨਵੀਂ ਲੀਡਰਸ਼ਿਪ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਚੈਲੰਜ ਲੱਗ ਰਿਹਾ ਹੈ ਕਿ ਉਹਨਾਂ ਦੇ ਬਰਾਬਰ ਉਹਨਾਂ ਦੇ ਮੁਕਾਬਲੇ ਵਿੱਚ ਕਾਂਗਰਸ ਤੋਂ ਬਾਅਦ ਜਾਂ ਆਮ ਆਦਮੀ ਪਾਰਟੀ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਲੀਡਰਸ਼ਿਪ ਦਾ ਉਭਾਰ ਹੋ ਸਕਦਾ ਹੈ ਜਿਹਦੇ ਨਾਲ ਉਹਨੂੰ ਦੋ ਹੱਥ ਕਰਨੇ ਪੈ ਸਕਦੇ ਆ ਭਵਿੱਖ 'ਚ ਤਾਂ ਕੋਈ ਗੱਲ ਇਹ ਹੈ ਕਿ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕੋਈ ਵੀ ਅੰਦੋਲਨ ਹੁੰਦਾ ਹੈ ਚਾਹੇ ਵਿਦਿਆਰਥੀ ਅੰਦੋਲਨ ਹੋਏ ਚਾਹੇ ਕਿਸੇ ਹੋਰ ਵਰਗ ਦਾ ਅੰਦੋਲਨ ਹੋਏ ਚਾਹੇ ਕਿਸਾਨੀ ਦਾ ਅੰਦੋਲਨ ਹੈ ਜੀ ਜਿਹੜੀ ਲੀਡਰਸ਼ਿਪ ਉਹਦੇ ਵਿੱਚ ਮਿਹਨਤ ਕਰਦੀ ਹੈ ਕੁਝ ਟੈਲੈਂਟ ਉਹਦੇ ਵਿੱਚੋਂ ਰਾਜਨੀਤੀ ਦੇ ਵਿੱਚ ਜਾਂਦਾ ਜੀ ਉਹਦੀ ਅੱਛੀ ਗੱਲ ਹੈ ਜੀ ਕਿਉਂਕਿ ਅੰਦੋਲਨ ਹੀ ਇੱਕ ਨਰਸਰੀ ਹੁੰਦੀ ਹੈ ਜਿਹੜੀ ਹੈ ਰਾਜਨੀਤਿਕ ਪਾਰਟੀਆਂ ਦੀ ਬਿਲਕੁਲ ਕਿ ਉੱਥੋਂ ਬਹੁਤ ਕੁਝ ਸਿੱਖ ਕੇ ਜਿਹੜੇ ਆ ਅੰਦੋਲਨਕਾਰੀ ਉਹ ਅੱਗੋਂ ਵੱਡੀਆਂ ਪਾਰਟੀਆਂ ਦੇ ਵਿੱਚ ਫਿਰ ਸ਼ਾਮਲ ਹੁੰਦੇ ਜੀ ਕਿੱਥੇ ਜਾਣਾ ਕਿਸੇ ਨੇ ਇਹ ਉਹਨਾਂ ਦੀ ਆਪਣੀ ਪਸੰਦ ਆ ਆਪਣੀ ਜਿਹੜੀ ਲਾਈਕਿੰਗ ਹੁੰਦੀ ਆ ਲੇਕਿਨ ਇਹ ਜ਼ਰੂਰ ਹੈ ਕਿ ਭਾਵੇਂ ਪਿਛੇ ਅੰਨਾ ਹਜ਼ਾਰੇ ਦਾ ਅੰਦੋਲਨ ਵੀ ਚੱਲਿਆ ਜੀ ਉਹਦੇ ਵਿੱਚੋਂ ਵੀ ਬਹੁਤ ਸਾਰੇ ਲੋਕੀ ਜਿਹੜੇ ਆ ਰਾਜਨੀਤੀ ਦੇ ਵਿੱਚ ਆਏ ਜੀ ਕੇਜਰੀਵਾਲ ਉਸ ਅੰਦੋਲਨ ਦਾ ਫਾਇਦਾ ਲੈ ਕੇ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਬਣਿਆ ਜੀ ਇਸ ਕਰਕੇ ਪਹਿਲਾਂ ਸਟੂਡੈਂਟ ਅੰਦੋਲਨ ਹੁੰਦੇ ਸੀਗੇ ਉਹਦੇ ਚੋਂ ਉਹਨਾਂ ਮੂਵਮੈਂਟਸ ਦੇ ਵਿੱਚੋਂ ਬੜੇ ਵਿਦਿਆਰਥੀ ਚੰਗੇ ਜਿਹੜੇ ਲੀਡਰ ਜੀ ਅੱਜ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆ ਉਹਨਾਂ ਤੇ ਬਹੁਤ ਇਹਦਾ ਪਿੱਛੇ ਬੈਕਗ੍ਰਾਉਂਡ ਜਿਹੜੀ ਆ ਵਿਦਿਆਰਥੀ ਜਿਹੜੇ ਸੰਘਰਸ਼ਾਂ ਦੇ ਨਾਲ ਜੁੜੀ ਜੀ ਇਸ ਕਰਕੇ ਨੈਚੁਰਲੀ ਇਹਦੇ ਵਿੱਚੋਂ ਵੀ ਆਉਣਗੇ ਇਹ ਕਿਹਦੇ ਹਾਂਜੀ ਉਹਦੇ ਚ ਕੋਈ ਹੁਣ ਨਵੀਂ ਪਾਰਟੀ ਬਣਾਉਂਦਾ ਤੇ ਕੋਈ ਪੁਰਾਣੀਆਂ ਪਾਰਟੀਆਂ ਦੇ ਵਿੱਚ ਜਾਂਦਾ ਇਹ ਉਹਨਾਂ ਦੀ ਆਪਣੀ ਚੋਇਸ ਹੈ ਹਮ ਮਿਹਨਤ ਕੋਈ ਮਿਹਨਤ ਕਰਕੇ ਨਵੀਂ ਵੀ ਬਣਾਵੇ ਤਾਂ ਵੀ ਕੋਈ ਇਤਰਾਜ਼ ਨਹੀਂ ਡੈਮੋਕ੍ਰੇਸੀ ਦੇ ਵਿੱਚ ਬਣਾ ਸਕਦਾ ਕੋਈ ਜੀ ਲੇਕਿਨ ਬੜਾ ਉਹਦੇ ਵਿੱਚ ਬੜੀ ਘਾਲਣਾ ਚਾਹੀਦੀ ਹੈ ਬੜੀ ਮਿਹਨਤ ਚਾਹੀਦੀ ਹੈ ਸਮਾਂ ਲੱਗਦਾ ਇਸ ਕਰਕੇ ਕੋਈ ਬਣਾਵੇ ਕੋਈ ਇਹਦੇ ਵਿੱਚ ਕਿਸੇ ਨੂੰ ਕੋਈ ਤਰਾਜੂ ਨਹੀਂ ਹੋਣਾ ਚਾਹੀਦਾ ਡਾਕਟਰ ਸਾਹਿਬ ਵਿਧਾਨ ਸਭਾ ਚੋਣਾਂ ਚ ਬਹੁਤਾ ਸਮਾਂ ਨਹੀਂ ਰਿਹਾ ਪੰਜਾਬ ਦੀ ਜਿਹੜੀ ਵਿਧਾਨ ਸਭਾ ਚੋਣਾਂ ਆ। ਔਰ ਇਹਨਾਂ ਦਿਨਾਂ ਤੋਂ ਕੁਝ ਦਿਨ ਬਾਅਦ ਜਿਹੜੀ ਹੈਗੀ ਹੈ ਇਹ ਵੀ ਸਾਹਮਣੇ ਗੱਲ ਆ ਸਕਦੀ ਹੈ ਕਿ ਫਲਾਣੀ ਪਾਰਟੀ ਫਲਾਣੇ ਨਾਲ ਸਮਝੌਤਾ ਕਰ ਸਕਦੀ ਹੈ ਫਲਾਣੀ ਪਾਰਟੀ ਫਲਾਣੇ ਨਾਲ ਸਮਝੌਤਾ ਕਰ ਸਕਦੀ ਹੈ। ਕੀ ਸ਼੍ਰੋਮਣੀ ਅਕਾਲੀ ਦਲ ਕਿਸੇ ਹੋਰ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਸਮਝੌਤੇ ਦੀਆਂ ਸੁਭਾਵਨਾਵਾਂ ਦੇਖ ਰਹੀ ਹੈ ਨਹੀਂ ਸਮਝੌਤੇ ਦੀਆਂ ਸੁਭਾਵਨਾਵਾਂ ਹਮੇਸ਼ਾ ਰਾਜਨੀਤੀ 'ਚ ਹੁੰਦੀਆਂ ਨੇ ਕਿਹੜੀ ਪਾਰਟੀ ਹੋ ਸਕਦੀ ਪਿੱਛੇ ਵੀ ਹੁੰਦੀਆਂ ਆਈਆਂ ਨੇ ਅੱਗੇ ਵੀ ਹੁੰਦੀਆਂ ਨੇ ਲੇਕਿਨ ਅੱਜ ਇਸ ਸਟੇਜ ਦੇ ਉੱਤੇ ਮੇਰੇ ਵਾਸਤੇ ਕੁਝ ਕਹਿਣਾ ਮੁਸ਼ਕਲ ਹੈ ਜੀ ਕਿਉਂਕਿ ਹਾਲੇ ਇਲੈਕਸ਼ਨ ਨੂੰ ਜਿਹੜੇ ਆ 9-10 ਮਹੀਨੇ ਪਏ ਆ ਜੀ ਜਦੋਂ ਨੇੜੇ ਹੁੰਦੀ ਹੈ ਇਲੈਕਸ਼ਨਾਂ ਦੀ ਅਨਾਉਂਸਮੈਂਟ ਹੁੰਦੀ ਹੈ ਉਦੋਂ ਹੀ ਇਹ ਜ਼ਿਆਦਾ ਮੌਕੇ ਦੇ ਉੱਤੇ ਜਿਹੜੀਆਂ ਇਹ ਸਭਾਵਨਾਵਾਂ ਬਣਦੀਆਂ ਹੁੰਦੀਆਂ ਨੇ ਕੋਈ ਇਸ ਤਰ੍ਹਾਂ ਦੀਆਂ ਫਰਵਾਹਾਂ ਚੱਲ ਰਹੀਆਂ ਹਨ ਹਾਲੇ ਤੱਕ ਫਰਵਾਹਾਂ ਆਈਆਂ ਜਿੰਨੀ ਦੇਰ ਤੱਕ ਉਹਨਾਂ ਨਾਰਮਲੀ ਰੂਪ ਨਹੀਂ ਦਿੱਤਾ ਜਾਂਦਾ ਬੋਜਨ ਸਮਾਜ ਪਾਰਟੀ ਦੇ ਨਾਲ ਆਕਾਲੀ ਦਲ ਦੇ ਨੇਤਾ ਦੇ ਕਿਆਸ ਲਾਏ ਜਾ ਰਹੇ ਆ ਆਮ ਜਿਹੜੇ ਚਰਚਾ ਵਿਚਾਰੀ ਗੱਲ ਜਿਹੜੀ ਇਹੋ ਇਸ ਕਰਕੇ ਆ ਕਿ ਬੋਜਨ ਸਮਾਜ ਪਾਰਟੀ ਨਾਲ ਸਾਡਾ ਬੜਾ ਅੱਛਾ ਰਿਸ਼ਤਾ ਪਹਿਲਾਂ ਰਿਹਾ ਜੀ ਅਸੀਂ ਰਲ ਕੇ ਬਾਬੂ ਕਾਸ਼ੀਰਾਮ ਦੇ ਟਾਈਮ ਦੇ ਉੱਤੇ ਜੀ ਪਾਰਲੀਮੈਂਟ ਇਲੈਕਸ਼ਨਾਂ ਕੋਸ਼ਿਸ਼ ਇਲੈਕਸ਼ਨਾਂ ਇਕੱਠੇ ਲੜੀਆਂ ਜੀ ਔਰ ਬੜਾ ਕਾਮਯਾਬ ਇਹ ਸਮਝੋਤਾ ਉਸ ਟਾਈਮ ਰਿਆ ਸੀ ਜੀ ਇਸ ਕਰਕੇ ਜਦੋਂ ਪੁਰਾਣੀ ਕਿਸੇ ਪਾਰਟੀ ਨਾਲ ਸਾਝ ਨਹੀਂ ਹੋਵੇ ਤੇ ਉਹ ਗੱਲ ਕੁਦਰਤੀ ਗੱਲ ਹੈ ਕਿ ਉਹ ਜੁੜਦੀ ਹੁੰਦੀ ਆ ਜੀ ਕਿ ਜੇ ਇਹਨਾਂ ਦਾ ਭਾਜਪਾ ਨਾਲੋਂ ਹੁਣ ਟੁੱਟਿਆ ਆ ਭਾਰਤੀ ਜਨਤਾ ਪਾਰਟੀ ਨਾਲੋਂ ਫਿਰ ਇਹਨਾਂ ਦਾ ਬੋਜਸਵਾਦਜ ਪਾਰਟੀ ਨਾਲ ਹੁਸਨ ਆ ਪਰ ਅੱਜ ਦੀ ਡੇਟ ਦੇ ਵਿੱਚ ਹਾਲੇ ਕੋਈ ਆਫੀਸ਼ੀਲੀ ਇਹਦੇ ਤੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਜਦੋਂ ਇਲੈਕਸ਼ਨਾਂ ਅਨਾਉਂਸ ਹੋਣਗੀਆਂ ਉਦੋਂ ਪਾਰਟੀਆਂ ਜਿਹੜੀ ਆ ਸਾਰੀਆਂ कोर कमिटी بیٹھے گی ਸਾਰੀਆਂ ਜਿਹੜੀਆਂ ਚੀਜ਼ਾਂ ਸਟੱਡੀ ਹੋਣਗੀਆਂ ਜੀ ਕਿ ਕਿਸ ਪਾਰਟੀ ਨਾਲ ਜਿਹੜਾ ਉਹ ਕਰਨਾ ਬੈਟਰ ਹੈ ਜੀ ਇਸ ਕਰਕੇ ਇਹ ਚੀਜ਼ਾਂ ਉਦੋਂ ਹੀ ਡਿਸਾਈਡ ਹੁੰਦੀਆਂ ਜਿਆਦਾ ਐਡਵਾਂਸ ਕਰਕੇ ਵੀ ਡਿਸਾਈਡ ਨਹੀਂ ਹੁੰਦੀਆਂ ਕਿਉਂਕਿ ਹਣੇ ਤੱਕ ਸਾਰੀਆਂ ਪਾਰਟੀਆਂ ਨੂੰ ਮਿਹਨਤ ਕਰਨ ਦੀ ਲੋੜ ਆ ਹਰ ਪਾਰਟੀ ਆਪਣੀ ਮਿਹਨਤ ਕਰ ਰਹੀ ਆ ਹਾਂ ਇਸ ਕਰਕੇ ਜਦੋਂ ਸਮਾਂ ਆਏਗਾ ਉਦੋਂ ਉਹਦੇ ਮੁਤਾਬਕ ਫਿਰ ਦਿਖ ਜਾਏਗਾ ਇੱਕ ਡਾਕਟਰ ਸਾਹਿਬ ਹੋਰ ਸ਼੍ਰੋਮਣੀ ਅਕਾਲੀ ਦਲ ਦਾ ਸਭਿਆਚਾਰ ਹੈ ਕਿਉਂਕਿ ਤੁਸੀਂ ਮੁੱਖ ਲੀਡਰਸ਼ਿਪ ਦੇ ਬੜੇ ਜ਼ਿੰਮੇਵਾਰ ਤੁਸੀਂ ਲੀਡਰੋਂ ਜਦੋਂ ਸ਼ਰਮਨਿ ਅਕਾਲੀ ਦਲ ਪਿਛਲੇ ਸਮੇਂ ਦੌਰਾਨ ਅ ਇਸ ਗੱਲ ਨੂੰ ਕੋਈ ਆਪਾ ਇਹ ਕਹ ਰਹੀਏ ਕਿ ਇੱਕ ਵੇਲੇ ਜਦੋਂ ਪਹਿਲਾ ਸ਼ਰਮਨਿ ਅਕਾਲੀ ਦਲ ਕਮਜ਼ੋਰ ਹੋ ਗਿਆ ਸੀ ਤੇ ਲੋਕ ਇਹ ਕਹਿਣ ਲੱਗ ਗਏ ਸੀ ਕਿ ਸ਼ਰਮਨਿ ਅਕਾਲੀ ਦਲ ਗਿਆ ਉਹਨਾਂ ਸਮਿਆਂ ਦੇ ਦੌਰਾਨ ਜਿਹੜੇ ਤੁਹਾਡੇ ਰੁੱਸੇ ਸ ਲੀਡਰ ਸੀ ਜਿਹੜੇ ਟਕਸਾਲੀ ਆਗੂ ਸੀ ਉਹਨਾਂ ਨੂੰ ਮਨਾਉਣ ਵਾਸਤੇ ਖੁਦ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਫੈਲ ਕੀਤੀ ਸੀ ਇਸ ਵਾਰ ਫਿਰ ਥੋੜੀ ਜੀ ਜਿਹੜੀ ਹਾਲਾਤ ਹੈ ਸ਼ਰਮਨੀ ਕਾਲੀ ਦਲ ਦੇ ਥੋੜੇ ਜੇ ਕਮਜ਼ੋਰ ਆ। ਔਰ ਮੌਜੂਦਾ ਸਮੇਂ ਵੀ ਤੁਹਾਡੇ ਨਾਲ ਬਹੁਤ ਸਾਰੇ ਟਕਸਾਲੇ ਕਾਲੀ ਜਿਹੜੇ ਹੈਗੇ ਆ ਉਹ ਤੁਹਾਨੂੰ ਛੱਡ ਕੇ ਗਏ ਹੋਏ ਆ ਵੱਖਰੇ ਹੋਏ ਆ। ਕੀ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਕੋਈ ਸੰਭਾਵਨਾਵਾਂ ਜਿਹੜੀਆਂ ਉਹ ਹੋ ਸਕਦੀ ਹੈ ਕਿ ਇਸ ਜਿਹੜੇ ਲੀਡਰ ਹੈਗੇ ਜਿਹੜੇ ਰਸਕੇ ਗਏ ਆ ਉਹਨਾਂ ਨੂੰ ਤੁਸੀਂ ਮਨਾ ਕੇ ਫਿਰ ਤੁਸੀਂ ਪਾਰਟੀ ਵਿੱਚ ਲਿਆਓ ਔਰ ਪੂਰੀ ਤਾਕਤ ਨਾਲ ਜਿਹੜਾ ਹੈਗਾ ਉਹ ਤੁਸੀਂ ਕਾਂਗਰਸ ਦਾ ਮੁਕਾਬਲਾ ਕਰੋ। ਦੇਖੋ ਗੱਲ ਇਹ ਹੈ ਕਿ ਇੱਕ ਹੁੰਦਾ ਕਿ ਪਾਰਟੀ ਦੇ ਵਿੱਚ ਕੋਈ ਨਾਰਾਜ਼ ਆ ਜੀ ਉਹ ਤਾਂ ਹਮੇਸ਼ਾ ਹੀ ਹੁੰਦਾ ਕਿ ਜੇ ਕਿਤੇ ਲੱਗੇ ਕਿ ਕੋਈ ਢੱਲਾ ਚੱਲ ਰਿਹਾ ਜਾਂ ਥੋੜਾ ਕੋਟਨ ਮਹਿਸੂਸ ਕਰ ਰਿਹਾ ਜੀ ਉਹ ਨਾਲ ਦੇ ਨਾਲ ਪਾਰਟੀ ਹਮੇਸ਼ਾ ਦੂਰ ਕਰ ਦਈਏ ਜੀ ਕੁਝ ਇਹ ਕਿ ਲੋਕੀ ਪਾਰਟੀ ਛੱਡ ਜਾਂਦੇ ਜੀ ਕਿਸੇ ਗੱਲ ਕਰਕੇ ਛੱਡ ਗਏ ਜਿਵੇਂ ਸਾਡੇ ਵੀ ਕੋਈ ਸੀਨੀਅਰ ਡਿਟਸ ਛੱਡ ਗਏ ਹੋਰ ਅੱਜ ਇਹਨਾਂ ਚੀਜ਼ਾਂ ਦੇ ਉੱਤੇ ਕੁਝ ਕਹਿਣਾ ਮੁਸ਼ਕਲ ਹੈ ਕਿਉਂਕਿ ਫੈਸਲਾ ਅਮੇਸ਼ਾ ਦੋ ਤਰਫੇ ਹੁੰਦੇ ਜੀ ਇੱਕ ਤਰਫੇ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਪਾਰਟੀਆਂ ਚੋਂ ਬਾਹਰ ਗਏ ਆ ਇਸ ਲਈ ਇਹ ਵੀ ਸਮਾਂ ਹੀ ਤੈਅ ਕਰਦਾ ਹੈ ਕਿ ਕਿਹੋ ਜਿਹਾ ਮਾਹੌਲ ਕਦੋਂ ਬਣ ਜਣਾ ਹਾਂ ਪਿੱਛੇ ਹੋਇਆ ਬਹੁਤ ਵਾਰੀ ਲੀਡਰ ਪਾਰਟੀਆਂ ਛੱਡ ਕੇ ਗਏ ਜਿਵੇਂ ਤੁਸੀਂ ਕਿਹਾ ਵਾਪਸ ਵੀ ਆਏ ਵਾਪਸ ਆ ਕੇ ਬੜੇ ਚੰਗੇ ਸਤਕਾਰ ਵੀ ਉਹਨਾਂ ਨੇ ਹਾਸਲ ਕੀਤੇ ਇਹ ਕੋਈ ਨਵੀਂ ਗੱਲ ਨਹੀਂ ਹੈ ਲੇਕਿਨ ਅੱਜ ਦੀ ਟ੍ਰੇਡ ਦੇ ਵਿੱਚ ਕੋਈ ਇਦਾਂ ਦੀ ਜਿਹੜੀ ਕੋਈ ਗੱਲਬਾਤ ਚੱਲ ਰਹੀ ਹੋਵੇ ਜਾਂ ਕਿਸੇ ਨਾਲ ਕੋਈ ਆਉਂਦੀ ਸੰਭਾਵਨਾ ਹੋਵੇ ਇਹ ਮੈਂ ਨਹੀਂ ਕਹਿ ਸਕਦਾ ਲੇਕਿਨ ਕੱਲ ਕੀ ਹੋਏਗਾ ਇਹ ਤਾਂ ਸਮਾਂ ਦੱਸੇਗਾ ਇਹਦੇ ਤੇ ਅੱਜ ਕੁਝ ਕਹਿਣਾ ਮੌਜੂਦ ਨਹੀਂ ਕਿਉਂਕਿ ਇੱਕ ਤਾਂ ਨੇ ਫੈਸਲਾ ਨਹੀਂ ਕਰਨਾ ਹੁੰਦਾ ਇਹ ਦੋ ਤਰਫੀ ਹੁੰਦਾ ਕਿ ਜੇ ਬੰਦਾ ਵੀ ਕਈ ਵਾਰੀ ਆਉਣਾ ਚਾਹੁੰਦਾ ਹੁੰਦਾ ਉਹ ਵੀ ਮਹਿਸੂਸ ਕਰਦਾ ਹੁੰਦਾ ਕਿ ਮੈਂ ਫੈਸਲਾ ਗਲਤ ਕਰ ਲਿਆ ਪਾਰਟੀ ਵੀ ਕਿਸੇ ਸਟੇਜ ਦੇ ਉੱਤੇ ਕਈ ਵਾਰੀ ਸੋਚਣੀ ਤੇ ਹੁੰਦੀ ਹੈ ਲੇਕਿਨ ਹਲੇ ਅੱਜ ਦੀ ਤਰੀਕ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਚੱਲਦੀ ਭਾਰਤੀ ਜਨਤਾ ਪਾਰਟੀ ਨੂੰ ਛੱਡਣ ਤੋਂ ਬਾਅਦ ਜਿਹੜੀ ਪਹਿਲੀ ਚੋਣ ਆ ਇਹ ਜਿਹੜੀ ਨਗਰ ਨਿਗਮਾਂ ਤੇ ਕੌਂਸਲਾਂ ਦੀ ਚੋਣਾਂ ਹੋਈਆਂ ਪੰਜਾਬ ਦੇ ਅੰਦਰ ਇਹਦੇ 'ਚ ਕੁਦਰਤੀ ਤੌਰ ਤੇ ਤੁਸੀਂ ਇਹਦਾ ਐਨਾਲਿਸਿਸ ਕੀਤਾ ਹੋਣਾ ਤੁਸੀਂ ਕੀ ਖਟਿਆ ਕੀ ਗਵਾਇਆ ਹਾਲਾਂਕਿ ਇਹ ਕਿਹਾ ਜਾਂਦਾ ਹੈ ਵੀ ਇਹ ਚੋਣਾ ਸਰਕਾਰਾਂ ਦੀ ਹੁੰਦੇ ਜਿਹਦੀ ਜਿਹਦੀ ਸਰਕਾਰ ਆਮ ਤੌਰ ਤੇ ਲੋਕ ਉਹਨੂੰ ਹੀ ਪੈਲ ਦਿੰਦੇ ਆ ਉਹਨੂੰ ਉਹਦੀ ਚੋਣ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਆ ਕਿਉਂਕਿ ਇਹਨੇ ਆਪਣੇ ਸ਼ਹਿਰ ਦਾ ਵਿਕਾਸ ਕਰਨਾ ਹੁੰਦਾ ਪਰ ਫਿਰ ਵੀ ਜਿਵੇਂ ਜਲਾਲਾਬਾਦ ਦਾ ਇਲਾਕਾ ਜਿਹੜਾ ਅਸੀਂ ਤੁਹਾਡਾ ਹਲਕਾ ਸੀ ਉੱਤੇ ਤੁਸੀਂ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਕੀ ਤੁਹਾਨੂੰ ਤੁਸੀਂ ਇਹ ਐਨਾਲਿਸਿਸ ਕਰਕੇ ਤੁਹਾਨੂੰ ਇਹ ਲੱਗਿਆ ਕਿ ਜਿਹੜੀਆਂ ਉਹਨਾਂ 'ਚ ਕਮੀਆਂ ਪੇਸ਼ੀਆਂ ਹੈਗੀਆਂ ਉਦੇ ਕਾਰਨ ਤੁਸੀਂ ਲੱਭੇ ਹੋਣਗੇ ਕੀ ਲੱਭਿਆ ਉਹ ਕਾਰਨ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਕਾਰਨਾਂ ਦੇ ਉੱਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਨਿਕੋ ਇੱਕ ਤਾਂ ਇਹ ਗੱਲ ਹੈ ਕਿ ਇਹਨਾਂ ਚੋਣਾਂ ਨੂੰ ਪਹਿਲੀ ਤੇ ਗੱਲ ਚੋਣ ਨਹੀਂ ਕਿਹਾ ਜਾ ਸਕਦਾ ਜੀ ਕਿਉਂਕਿ ਪਹਿਲੇ ਸਟੈਪ ਤੋਂ ਡੀਲਿਮਿਟੇਸ਼ਨ ਵਾਰਡਾਂ ਦੀ ਤੋਂ ਲੈ ਕੇ VOTER ਸੂਚੀਆਂ ਬਣਾਉਣ ਤੱਕ ਹਰ ਪੱਧਰ ਦੇ ਉੱਤੇ ਬੜੇ ਵੱਡੇ ਕਪੜੇ ਹੋਏ ਜੀ ਮੈਸੇਜ ਆ ਗਊਂ ਤੋਂ ਮਿਸਿੰਦਰੀ ਹੋਈ ਆ ਵਾਇਲੈਂਸ ਹੋਇਆ ਤਮਕੀਆਂ ਲੋਕਾਂ ਨੂੰ ਮਿਲੀਆਂ ਝੂਠੇ ਪਰਚੇ ਦਰਜ ਹੋਏ ਆ ਇੱਥੋਂ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਉੱਤੇ ਖੁੱਦ ਜਿਹੜਾ ਐਡਾ ਵੱਡਾ ਹਮਲਾ ਜਿਹੜਾ ਤੁਹਾਡੇ ਸਾਹਮਣੇ ਹੋਇਆ ਬਿਲਕੁਲ ਹੋਰ ਤਾਂ ਹੀ ਦੋ ਮੋਤਾ ਮੋਗੇ ਦੇ ਵਿੱਚ ਹੋਈਆਂ ਮਰਡਰਸ ਅਟੈਕ ਹੋਏ ਇਸ ਕਰਕੇ ਇਹ ਜਿਹੜੀ ਇਲੈਕਸ਼ਨ ਨੂੰ ਫ੍ਰੀ ਐਂਡ ਫੇਅਰ ਇਲੈਕਸ਼ਨ ਤਾਂ ਨਹੀਂ ਕਿਹਾ ਜਾ ਸਕਦਾ ਜੀ ਲੇਕਿਨ ਫਿਰ ਵੀ ਜੇ ਤੁਸੀਂ 2015 ਦੀਆਂ ਕਾਂਗਰਸ ਦੀਆਂ ਉਸ ਵਡੇ ਦੀ ਹਾਲਤ ਲਾਓ ਜਿੰਨੀਆਂ ਸੀਟਾਂ ਉਹਨਾਂ ਨੇ ਜਿੱਤੀਆਂ ਜੀ ਔਰ ਜਿੰਨੀਆਂ ਹੁਣ ਜਿੱਤੀਆਂ ਅਸੀਂ ਉਹਨਾਂ ਨਾਲੋਂ ਕਈ ਗੁਣਾ ਅੱਗੇ ਆ ਗਏ ਜੀ ਔਰ ਹਾਲੇ ਉਦੋਂ ਜਦੋਂ ਜਿੱਤੀਆਂ ਸੀ ਉਹ ਭਾਰਤੀ ਜਨਤਾ ਪਾਰਟੀ ਸਾਡੇ ਜਿਹੜੀ ਆ 파ਟਨਰ ਸੀ ਅੱਜ ਅਸੀਂ ਇਕੱਲਿਆਂ ਨੇ ਲੜਖਣ ਲੜੀ ਔਰ ਜਿਹੜੀ ਪਾਰਟੀ ਪਰ ਮੁਖ ਵਿਰੋਧੀ ਤੇ ਸੀ ਜੀ ਆਮਾਦੀ ਪਾਰਟੀ ਉਹ ਹੁਣ ਕਾਰਪੋਰੇਸ਼ਨ ਦੀਆਂ ਤੁਸੀਂ ਸੱਤਾ ਦਾ ਰਿਜ਼ਲਟ ਦੇਖੋ ਤੇ ਉਹ ਚੌਥੇ ਨੰਬਰ ਤੇ ਆ ਹਮ ਇਸ ਕਰਕੇ ਬੜੀ ਵੱਡੀ ਚੇਂਜ ਆ ਸਾਡੇ ਆ ਕਿ ਹਰ ਵਰਕਰ ਨੇ ਸਾਰੇ ਠੱਕਿਆਂ ਦੇ ਬਾਵਜੂਦ ਵੀ ਬੜੀ ਤਗੜੀ ਲੜਾਈ ਦਿੱਤੀ ਜਿਹੜੀ ਰਾਜਨੀਤੀ ਦੇ ਵਿੱਚ ਮੈਟਰ ਕਰਦੀ ਆ ਕਿ ਲੜਾਈ ਲੜਨਾ ਆਪਣੇ ਆਪ ਦੇ ਵਿੱਚ ਜਿਹੜਾ ਹੈ ਇੱਕ ਬੜਾ ਵੱਡਾ ਗੁਣ ਹੁੰਦਾ ਜੀ ਇਸ ਕਰਕੇ ਤਗੜੇ ਹੋ ਕੇ ਲੜਾਈ ਦਿੱਤੀ ਆ ਔਰ ਕਾਫੀ ਸੀਟਾਂ ਜਿੱਤੀਆਂ ਵੀ ਆ ਬਹੁਤ ਨੈਰੋ ਮਾਰਜਨ ਦੇ ਉੱਤੇ ਬਹੁਤ ਸੀਟਾਂ ਹਾਰੀਆਂ ਹਮ ਭਾਰਤੀ ਜਨਤਾ ਪਾਰਟੀ ਦੇ 9 ਸਾਲਾਂ ਬਾਅਦ ਵੱਖਰੇ ਹੋਣ ਦੇ ਬਾਵਜੂਦ ਵੀ ਇੰਨੀ ਅੱਛਾ ਪ੍ਰਦਰਸ਼ਨ ਨੇ ਸ਼ਹਿਰਾਂ ਦੀਆਂ ਚੋਣਾਂ ਸੀ ਹਮ ਕਿਉਂਕਿ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਦੀ ਸਾਰੀਆਂ ਦੀ ਪਾਰਟੀ ਕੋ ਹੁੰਦੀ ਹੈ ਨਾ ਇਸ ਕਰਕੇ ਉੱਥੇ ਵੀ ਅਸੀਂ ਸਾਰੇ ਨਾਲੋਂ ਅੱਗੇ ਆ ਇਸ ਕਰਕੇ ਫਿਰ ਵੀ ਮੈਂ ਸਮਝਦਾ ਕਿ ਬੜੀ ਵੱਡੀ ਸ਼ਰਮਣੀ ਅਕਾਲੀ ਦਲ ਦੀ ਪ੍ਰਾਪਤੀ ਹੈ ਡਾਕਟਰ ਸਾਹਿਬ ਇੱਕ ਦੱਸੋ ਜਿਹੜੇ ਵਿਧਾਨ ਸਭਾ ਚੋਣਾਂ ਹੁੰਦੀਆਂ ਇਹ ਕਿੰਨੇ ਕੋਸ ਤੋਂ ਪਹਿਲਾਂ ਪਾਰਟੀਆਂ ਮੁੱਦਿਆਂ ਦੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੰਦੀ ਹੈ। ਵੈਸੇ ਤਾਂ ਜਿਹੜਾ ਹੁਣ ਖੇਲਾ ਸਾਲ ਆ ਜੀ ਇਹ ਹੁਣ ਬੇਸਿਕਲੀ ਤੇ ਇਹ ਇਲੈਕਸ਼ਨ ਨੀਅਰ ਦੇ ਵਿੱਚ ਬੜੀ ਤੇਜ਼ੀ ਹੁਣ ਤੱਕ ਰਾਜਨੀਤਿਕ ਕੰਮ ਦੀ ਹੋ ਜਾਂਦੀ ਆ। ਹਮ ਪਰ ਸਾਡੇ ਇਹ ਸਰਕਾਰ ਨੂੰ ਪਹਿਲਾਂ ਕੋਵਿਡ ਦੇ ਕਰਕੇ ਹਮ ਜਿਹੜੀ ਕਾਫੀ politcal activity ਜਿਹੜੀ ਸਲੋ ਡਾਊਨ ਹੋ ਗਈ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਕਰਕੇ ਕਾਫੀ ਅਟੈਂਸ਼ਨ ਜਿਹੜੀ ਹੈਗੀ ਆ ਸੂਬੇ ਦੇ ਮੁੱਦਿਆਂ ਤੋਂ ਡਿਵਰਟ ਹੋ ਗਈ ਇਸ ਕਰਕੇ ਹੁਣ ਜਿਹੜੀ ਹੈ ਇਸ ਅਸੈਂਬਲੀ ਸੈਸ਼ਨ ਤੋਂ ਗਰਮਗਰਮੀ ਸ਼ੁਰੂ ਹੋ ਗਈ ਹੈ ਔਰ ਇਹ ਲਗਾਤਾਰ ਹੁਣ ਜਾਰੀ ਰਹੇਗੀ ਮੈਂ ਇੱਕ ਬੜੇ ਸਪਸ਼ਟ ਰੂਪ ਚ ਗੱਲ ਪੁੱਛਣੀ ਚਾਹਣਾ ਕਿਸਾਨ ਅੰਦੋਲਨ ਦਾ ਜਿਹੜਾ ਸਿਆਸੀ ਨੁਕਸਾਨ ਆ ਉਹ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇਖ ਰਿਹਾ ਹੈ ਉਹਦਾ ਫਾਇਦਾ ਕਾਂਗਰਸ ਨੂੰ ਹੋ ਰਿਹਾ ਨਹੀਂ ਮੈਂ ਨਹੀਂ ਸਮਝਦਾ ਕਿ ਇਹਦਾ ਕੋਈ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਜਿਹੜਾ ਅਕਾਲੀ ਦਲ ਨੂੰ ਹੋਣਾ ਚਾਹੀਦਾ ਜੇ ਤੁਸੀਂ ਸਹੀ ਦੇਖੋ ਤਾਂ ਜੇ ਇਸ ਅੰਦੋਲਨ ਦੇ ਵਿੱਚ ਕੋਈ ਵੱਡਾ ਫੈਸਲਾ ਕਿਸੇ ਨੇ ਲਿਆ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਤਾਂ ਲਿਆ ਹੀ ਸ਼੍ਰੋਮਣੀ ਕਾਂਗਰਸ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕਿਉਂਕਿ ਕੇਂਦਰੀ ਵਿਜਾਰਦ ਛੱਡੀ ਐਨਡੀਏ ਨੂੰ ਛੱਡਣਾ ਤਖਤਾ ਤੋਂ ਇਡੇ ਵੱਡੇ ਬਾਹਰ ਚ ਕੱਢਨੇ ਪਾਰਲੀਮੈਂਟ ਦੇ ਵਿੱਚ ਹੁਣ ਵੀ ਬੀਬਾ ਹਰਸਿੰਦਰ ਸਿੰਘ ਕੌਰ ਬਾਦਲ ਨੇ ਜਿਸ ਤਰੀਕੇ ਉੱਥੇ ਕਿਸਾਨੀ ਦਾ ਕੇਸ ਰੱਖਿਆ ਕਿਉਂਕਿ ਕਾਂਗਰਸ ਵਾਲੇ ਤਾਂ ਆਪ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਹਾਈ ਪਾਵਰਡ ਕਮੇਟੀ ਦੇ ਮੁੱਖ ਮੰਤਰੀਆਂ ਦੇ ਮੈਂਬਰ ਸੀ ਜਿਨ੍ਹਾਂ ਨੇ ਡਰਾਫਟ ਕੀਤੇ ਹਮ ਔਰ 2019 ਦਾ ਇਹਨਾਂ ਦਾ ਕਾਂਗਰਸ ਦਾ ਮੈਨੀਫੈਸਟੋ ਏਪੀਐਮਸੀ ਐਕਟ ਖਤਮ ਕਰਨ ਦੀ ਆਪ ਵਕਾਲਤ ਕਰਦਾ ਹਮ 2017 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਹੜੀਆਂ 400 ਦਾ ਏਪੀਐਮਸੀ ਐਕਟ ਦੇ ਵਿੱਚ ਕੀਤੀਆਂ ਉਹ ਚਾਰੇ ਇਹੀ ਆ ਜਿਹੜੇ ਤਿੰਨ ਕਰੋੜ ਕਿੰਨੇ ਅੱਜ ਆਪਾਂ ਹਮ ਇਸ ਕਰਕੇ ਇਹ ਤਾਂ ਮੈਂ ਸਮਝਦਾ ਕਿ ਜੇ ਸincerely ਕੋਈ ਸਟੈਪ ਕਿਸਾਨੀ ਦੇ ਭਲੇ ਵਾਸਤੇ ਇਸ ਸਮੇਂ ਦਰੋਂ ਵੀ ਕਿਸੇ ਨੇ ਨਹੀਂ ਆ ਤਾਂ ਉਹ ਤਾਂ ਅਕਾਲੀ ਦਰ ਨੇ। ਸਾਡਾ ਕੇਦਰ ਲਗਾਤਾਰ ਸ਼ਾਮਲ ਹੈ ਸਾਰੇ ਇਸ ਸੰਘਰਸ਼ ਤੇ ਵਿੱਚ ਜਿਹੜੇ ਮੁੱਦਿਆਂ ਦੀ ਤੁਸੀਂ ਨਿਸ਼ਾਨਦੇਹੀ ਕੀਤੀ ਜਿਵੇਂ ਮੈਂ ਨਿਸ਼ਾਨਦੇਹੀ ਦੀ ਗੱਲ ਕਰ ਰਿਹਾ ਸੀ ਆਉਣ ਵਾਲੇ ਵਿਧਾਨ ਸਭਾ ਚੋਣਾਂ ਚ ਤੇ ਕਿਹੜੇ ਮੁੱਦੇ ਹਨ ਜਿਹੜੇ ਤੁਸੀਂ ਲੈ ਕੇ ਜਾਓ ਹੁਣ ਤਾਂ ਇੱਕ ਤਾਂ ਇਹ ਹੈ ਕਿ ਸੂਬੇ ਦੇ ਵਿੱਚ ਸਭ ਤੋਂ ਵੱਡਾ ਹੁੰਦਾ ਕਿ ਜਿਹੜਾ ਤੁਸੀਂ ਇਲੈਕਸ਼ਨ ਜਿੱਤਣ ਵਾਸਤੇ ਵੱਡੇ ਤਿੰਨ ਚਾਰ ਵਾਅਦੇ ਕੀਤੇ ਸੀ ਹੂੰ ਉਹਦੇ ਚ ਗੁਟਕਾ ਸਾਹਿਬ ਦੀ ਸੌਂ ਖਾ ਕੇ ਜਿਹੜੇ ਵਾਅਦੇ ਤਿੰਨ ਚਾਰ ਮੇਨ ਕੀਤੇ ਸੀ ਇੱਕ ਸੇ ਕਿਸਾਨੀ ਦਾ ਕਰਜ਼ਾ ਮਾਫ ਕਰ ਜੀ ਪਰ ਜਿਹੜੇ ਸੁਹਾ ਦੇ ਮਹੱਦੀਪੁਰ ਪਿੰਡ ਦੀ ਵਾਰਦਾਤ ਹੈ ਹਮ ਕਿ ਇੱਕ ਬਾਪ ਨੇ ਵੀ ਔਰ ਬੇਟੇ ਨੇ ਵੀ ਬਿਲਕੁਲ ਇੱਕ ਏਕੜ ਦਾ ਮਾਲਕ ਤੇ ਦੋਨਾਂ ਨੇ ਸੈਲਸਾਈਡ ਕੀਤਾ ਕਿ ਸਾਡਾ ਕੋਆਪਰੇਟਿਵ ਸੁਸਾਇਟੀ ਦਾ ਲੋਨ ਤੱਕ ਵੀ ਜਿਹੜਾ ਉਹ ਮਾਫ ਮਾਫ ਨਹੀਂ ਹੋਇਆ ਇਸ ਕਰਕੇ ਇਹ ਸਾਰਾ ਜਿਹੜਾ ਝੂਠ ਹੈ ਕਾਂਗਰਸ ਦਾ ਉਹ ਹੁਣ ਐਕਸਪੋਜ਼ ਹੋ ਗਿਆ ਜਿਹੜਾ ਪਰਦਾ ਪਾ ਕੇ ਰੱਖਿਆ ਸੀ ਕਿ 90000 ਕਰੋੜ ਤੋਂ ਵੱਧ ਦੇ ਕਰਜ਼ੇ ਮਾਫੀ ਦਾ ਵਾਅਦਾ ਕਰਕੇ ਤੇ ਮਾਮੂਲੀ ਜਾਂ ਜਿਹੜਾ ਮੈਂ ਸਮਝਦਾ ਕਿ ਉਸ ਤੋਂ ਵੱਧ ਕਿਸਾਨਾਂ ਨੂੰ ਪੈਨਲਟੀ ਦੇਣੀ ਪੈਗੀ ਵਿਆਜ ਪਰ ਉਹਦੇ ਚੇਕ ਹੋ ਰਿਹਾ ਹੈ ਚੇਕ ਹੋਰ ਕਾਰਵਾਈ ਸਰਕਾਰ ਕਰਨ ਜਾ ਰਹੀ ਹੈ ਮੈਂ ਤੁਹਾਡੀ ਗੱਲ ਟੋਕ ਲਈ ਮੁਆਫੀ ਚਾਹੂੰਗਾ ਕਿ ਜਿਹੜੀ ਅੱਜ ਕੈਬਨਟ ਦੀ ਮੀਟਿੰਗ ਕਰ ਰਹੀ ਹੈ ਪੰਜਾਬ ਸਰਕਾਰ ਉਹਦੇ ਵਿੱਚ ਇਹ ਫੈਸਲਾ ਲੈਣ ਦੀ ਸੰਭਾਵਨਾ ਹੈ ਕਿ ਜਿਹੜੇ ਦਲਤ ਜਾਂ ਜਿਹੜੇ ਖੇਤ ਮਜ਼ਦੂਰ ਹੈਗੇ ਆ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਏਗਾ ਇਹ ਪਹਿਲੀ ਤਾਂ ਗੱਲ ਦੇਖੋ ਨਾ ਕਿ ਸਵਾ ਚਾਰ ਸਾਲ ਵਿਚਾਰਿਆਂ ਨੂੰ ਹੋ ਗਏ ਹਾਂ ਸਾਲਾ 520 ਕਰੋੜ ਦਾ ਉਹਨਾਂ ਦਾ ਕਰਜ਼ਾ ਹੂੰ ਜਿਹੜੀ ਅੱਜ ਵੀ ਫਿਗਰ ਆਈ ਹੈ ਜੀ ਤੇ ਜੇ 520 ਕਰੋੜ ਦਾ ਕਰਜ਼ਾ ਉਹਨਾਂ ਨੂੰ 4 ਸਾਲ ਲੱਗਿਆ ਹੂੰ ਤੇ ਤੁਸੀਂ ਦੇਖੋ ਕਿ ਉਹ ਕਰਜ਼ਾ ਕਿੰਨਾ ਸੀ ਤੇ ਉਹਦੇ 4 ਸਾਲਾਂ 'ਚ ਵਿਆਜ ਕਿੰਨਾ ਪੈ ਗਿਆ ਹੂੰ ਇਹ ਮੈਂ ਕਹ ਰਿਹਾ ਨਾ ਕਿ ਐਨੇ ਸਾਲ ਵਿਚਾਰੇ ਉਹ ਉਤਾਰਦੇ ਰਹੇ ਹੁਣ ਕਰਜ਼ਾ ਸਰਕਾਰ ਕੋਲੇ 6 ਮਹੀਨੇ ਹੋ ਰਿਹਾ ਕੰਮ ਕਰਨ ਦੀ 4 ਸਾਲ ਕਰਜ਼ਾ ਉਤਾਰਦੇ ਰਹੇ ਆ ਹੁਣ ਜਿਹੜਾ ਅਖੀਲਾ ਹਿੱਸਾ ਹੋਊਗਾ ਉਹ ਉਹ ਹੁਣ ਗਵਰਨਮੈਂਟ ਇੱਕ ਕਿਸ਼ਤ ਜਿਹੜੀ ਆ ਉਹ 520 ਕਰੋੜ ਦੀ ਦੇ ਕੇ ਤੇ ਇਹਨਾਂ ਨੇ ਮਾਫ ਕਦੋਂ ਕਰਨਾ ਸੀ ਜਦੋਂ 2017 ਦੇ ਵਿੱਚ ਇਹ ਰਾਜ ਭਾਗ ਦੇ ਵਿੱਚ ਆਏ ਸੀ ਹੂੰ ਤੇ ਹੁਣ ਆ ਗਿਆ ਜਿਹੜਾ ਇਲੈਕਸ਼ਨ ਈਅਰ ਉਹਦੇ ਚ ਆ ਕੇ ਅੱਜ ਤੇ ਉਹ 520 ਕਰੋੜ ਦਾ ਫੈਸਲਾ ਹੋ ਰਿਹਾ ਤੇ ਵਾਦਾ ਇਹ ਸੀ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਵੀਡੀਓ ਆ ਸੁਣੋ ਕਿ ਸਰਕਾਰੀ ਬੈਂਕਾਂ ਦਾ ਪ੍ਰਾਈਵੇਟ ਬੈਂਕਾਂ ਦਾ ਕੋਆਪਰੇਟਿਵ ਬੈਂਕਾਂ ਦਾ ਤੇ ਆਰਟੀਆਂ ਦਾ ਇਤੋਂ ਤੱਕ ਤਾਂ ਤੁਸੀਂ ਵਾਅਦਾ ਕੀਤਾ ਸੀ 90 ਹਜ਼ਾਰ ਕਰੋੜ ਦਾ ਤੇ ਹੁਣ 520 ਕਰੋੜ ਦਾ ਅੱਜ ਤੁਸੀਂ ਗਰੀਬਾਂ ਦਾ ਅੱਜ ਅੱਜ ਫੈਸਲਾ ਕਰਨਾ ਲਾਗੂ ਹੁੰਦਾ ਕਿ ਨਹੀਂ ਹੁੰਦਾ ਇਹ ਹੰਦੇ ਬਾਦ ਦੀਆਂ ਗੱਲਾਂ ਨੇ ਹਾਲੇ ਤਾਂ ਚੱਤੇ ਹੀ ਚੱਲ ਰਿਹਾ ਹਾਲੇ ਤਾਂ ਕੈਬਨਟ 'ਚ ਮਾਮਲਾ ਆਇਆ ਹੋਣਾ ਆ ਮਾਮਲਾ ਆਣਾ ਹਾਂਦੇ ਹੁੰਦਾ ਕਿ ਨਹੀਂ ਹੁੰਦਾ ਪਰ ਹੈ ਕਿੰਨਾ 520 ਕਰੋੜ ਮੈਂ ਹੀ ਕਹਣਾ ਕਿ ਜੇ ਪੋਸੀਬਲ ਹੈ ਕਿ ਲੋਕ ਮੰਤਰੀ ਸਾਹਿਬ ਨੇ ਜਦੋਂ ਪਹਿਲੀ ਵਿਧਾਨ ਸਭਾ ਬੈਠੀ ਸੀ ਇੱਕ ਠੋਕੇ ਲੋਕਾਂ ਨੂੰ ਕਹਤਾ ਸੀ ਵੀ ਤੁਹਾਡੇ ਕਰਜ਼ੇ ਤੇ ਨਕੀਰ ਵਾਜੇ ਅੱਜ ਤੋਂ ਬਾਅਦ ਤੁਹਾਨੂੰ ਦੇਣ ਦੀ ਲੋੜ ਨਹੀਂ ਫਿਰ 2.5 ਸਾਲ ਕਮੇਟੀਆਂ ਬਣਦੀਆਂ ਰਹੀਆਂ ਤੇ ਜਿਹੜੇ ਲੋਕਾਂ ਨੇ ਟਾਈਮ ਸਿਰ ਵਾਪਸ ਕਰਕੇ 3% ਵਿਆਜ ਦੇ ਵਿੱਚ ਫਾਇਦਾ ਲੈਣਾ ਸੀ ਹਮ ਉਹਨਾਂ ਦੀ ਉਹ ਵੀ ਜਾਂਦੀ ਰਹੀ ਤੇ ਉਲਟਾ ਉਹਨਾਂ ਨੂੰ ਪੈਨਲਟੀ ਪੈ ਗਈ ਹਮ ਇਸ ਕਰਕੇ ਉਹਨਾਂ ਦਾ ਜਿੰਨਾ ਖਰਚਾ ਮਾਫ ਨਹੀਂ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਪੈਨਲਟੀ ਪੈ ਗਈ ਇਹਦੇ ਚ ਇੱਕ ਹੋਰ ਵੀ ਡਾਕਟਰ ਸਾਹਿਬ ਹੈਗਾ ਵੀ ਸਰਕਾਰ ਕੋਲ ਇਹ ਮਸਹੀ 6 ਕੁ ਮਹੀਨੇ ਹੋਣਗੇ ਕੰਮ ਕਰਨ ਲਈ ਤੇ ਕੀ 6 ਮਹੀਨਿਆਂ ਦੇ ਵਿੱਚ ਇੰਨੇ ਵੱਡੇ ਕੰਮ ਨੂੰ ਸਿਰੇ ਚੜਾ ਜਾ ਸਕਦਾ ਹੈ ਅਧਿਕਾਰੀ ਚੜ ਲੈਣੇ ਪਹਿਲੀ ਗੱਲ ਪੈਸਾ ਹੁਣ ਇਹਨਾਂ ਕੋਲ ਕਿੱਥੇ ਆ ਤੁਸੀਂ ਖਜ਼ਾਨੇ ਦਾ ਵਿੱਚੋਂ ਹੀ ਦੇਣੇ ਆ ਨਾ ਹਮ ਜਿਹੜਾ ਤੁਸੀਂ ਦੋਸ਼ ਲਾਇਆ ਸੀ ਇਹ ਪਹਿਲਾਂ 5600 ਕਰੋੜ ਦੇ ਮਾਲੀ ਘਾਟੇ ਦਾ ਕਿ ਕਰਫਿਊ ਦੇ ਦੌਰਾਨ ਸਾਰੀ ਡਿਸਟਿਲਰੀਆਂ ਦੇ ਵਿੱਚੋਂ ਸ਼ਰਾਬ ਨਜਾਇਜ਼ ਘਰੋ ਘਰੀ ਪਹੁੰਚਦੀ ਰਹੀ ਤੇ ਖਜ਼ਾਨੇ ਦੇ ਵਿੱਚ ਇੱਕ ਪੈਸੇ ਨਹੀਂ ਹੋਇਆ 56 ਕਰੋੜ ਦਾ ਰੈਵਨਿਊ ਲਾਸ ਹੋਇਆ ਉਹਦੀ ਪੂਰਤੀ ਕਿੱਥੋਂ ਹੋਈ ਸ਼ਰਾਬ ਦੀਆਂ ਤਿੰਨ ਨਜਾਇਜ਼ ਫੈਕਟਰੀਆਂ ਫੜੀਆਂ ਗਈਆਂ ਉਹ ਪੈਸਾ ਰਿਕਵਰ ਨਹੀਂ ਹੋਇਆ ਐਮਐਲਏ ਦੇ ਨਾਮ ਆਗੇ ਵਿੱਚ ਤੇ ਉਹ ਸਾਰਾ ਕੁਝ ক্লোਜ਼ ਕਰ ਦਿੱਤਾ ਗਿਆ ਇਸ ਕਰਕੇ ਪੈਸਾ ਖਜ਼ਾਨੇ ਵਿੱਚ ਗਿਆ ਕਿੱਥੇ ਜਿਹੜੀ ਸਾਰਾ ਪੈਸਾ ਐਕਸਾਈਜ਼ ਦਾ ਜਿਹੜਾ ਹੈਗਾ ਸਾਰੀ ਖੁੱਲੀ ਛੁੱਟੀ ਡਿਸਪਲਿਨ ਦਿੱਤੀ ਤਿੰਨ ਜ਼ਿਲ੍ਹਿਆਂ ਦੇ ਵਿੱਚ 120 ਤੋਂ ਵੱਧ ਬੰਦੇ ਜਿਹੜੇ ਅੱਜ ਰੇਡੀ ਸਾਬਨਾ ਮਰ ਗਏ ਇਹੋ ਜਿਹਾ ਤਾਂ ਕਾਂਡ ਹੋ ਗਿਆ ਪਰ ਤੁਸੀਂ ਡਾਕਟਰ ਸਾਹਿਬ ਉਹਨਾਂ ਦਾ ਜਿਹੜੇ ਸਰਕਾਰ ਦਾ ਕੋਈ ਇਸ ਤਰ੍ਹਾਂ ਦਾ ਕੋਈ ਬਹੁਤ ਵੱਡਾ ਜਿਹੜਾ ਸਕੈਂਡਲ ਹੋਵੇ ਜਿਹਦੇ ਵਿੱਚ ਸਰਕਾਰ ਨੇ ਬਹੁਤ ਭ੍ਰਿਸ਼ਟਾਚਾਰ ਕੀਤਾ ਹੋਵੇ ਸਟੇਟ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੋਵੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਹੈ ਸਾਹਮਣੇ ਜਨਤਾ ਦੇ ਰੱਖਣ ਵਿੱਚ ਹਾਲੇ ਤੱਕ ਸਫਲ ਨਹੀਂ ਹੋ ਸਕੀ ਨਹੀਂ ਅਸੀਂ ਤਾਂ ਰੱਖੇ ਹਾਂ ਜੀ ਬਹੁਤ ਪਹਿਲਾਂ બીજા ਦਾ ਸਕੈਂਡਲ ਹੋਇਆ ਸੀ ਉਹ ਚ ਵੀ ਮੰਤਰੀਆਂ ਦੀ ਸ਼ਮੂਲੀਅਤ ਆਈ ਫਿਰ ਆ ਜਿਹੜਾ 56 ਕਰੋੜ ਦਾ ਰੈਵਨਿਊ ਲਾਸ ਹੈ ਇਹਦੇ ਵਿੱਚ ਤਾਂ ਕੈਬਨਿਟ ਦਾ ਔਰ ਮੁਖਸਕਤਰ ਦਾ ਟਕਰਾਅ ਹੋ ਗਿਆ ਕੈਬਨਿਟ ਨੂੰ ਬਾਈਕਾਉਟ ਕਰਨੀ ਪਈ ਕੈਬਨਿਟ ਦੀ ਮੀਟਿੰਗ ਕਿੰਨਾ ਰੌਲਾ ਪਿਆ ਤੇ ਬਾਅਦ ਦੇ ਵਿੱਚ ਚੀਫ ਸਕੱਟਰੀ ਨੂੰ ਚੁੱਪ ਕਰਕੇ ਬਦਲਿਆ ਗਿਆ ਔਰ ਉਸੇ ਚੀਫ ਸਕੱਟਰੀ ਨੂੰ ਚੇਅਰਮੈਨ ਬਣਾਤਾ ਗਿਆ ਇਹਦਾ ਮਤਲਬ ਵੀ ਚੀਫ ਸਕੱਟਰੀ ਦੇ ਸਾਹਮਣੇ ਗਵਰਨਮੈਂਟ ਇਸ ਕਰਕੇ ਦੱਬੀ ਕਿ ਉਹਨਰ ਪਤਾ ਸੀ ਕਿ ਜੋ ਅਲੀਗੇਸ਼ਨ ਲਾ ਰਿਹਾ ਉਹ ਸੱਚੀ ਹੈ ਜੇ ਗੱਲ ਬਾਹਰ ਜਾਏਗੀ ਤੇ ਸਾਡੀ ਕੈਬਨਿਟ ਦੇ ਮੰਤਰੀ ਜਿਹੜੇ ਆ ਉਹ ਐਕਸਪੋਜ਼ ਹੋਣਗੇ ਜਿਹੜਾ ਸ਼ਰਾਬ ਦਾ ਨੈਕਸਸ ਆ ਜਿਹੜਾ ਹੈਗਾ ਤਿੰਨਾਂ ਜਾਲੀ ਫੈਕਟਰੀਆਂ ਫੜੀਆਂ ਗਈਆਂ ਤਿੰਨੇ ਤਾਂ ਕਾਂਗਰਸ ਦੇ ਐਮਐਲਏ ਦੇ ਨਾਂ 'ਚ ਜੇ ਐਸੀ ਬੀਸੀ ਸਕਾਲਰਸ਼ਿਪ ਦਾ ਕੰਮ ਸੀ ਤੇ ਸਾਧੂ ਸਿੰਘ ਧਰਮਸੂਤ ਕੈਬਨਿਟ ਮੰਤਰੀ ਦਾ ਨਾਂ ਸਾਹਮਣੇ ਆਇਆ ਜੇ ਰਾਸ਼ਨ ਦਾ ਸਕੇਂਡਲ ਹੋਇਆ ਉਹਦੀ ਕਿਸੇ ਨੇ ਇਨਕੁਆਇਰੀ ਨਹੀਂ ਕਰਾਈ ਸਾਡੇ ਦਰਵਾਜ਼ੇ 'ਨਾ ਕੁਝ ਹੋ ਜਾਵੇ ਬਿਜਲੀ ਦਾ ਦੇਖੋ ਕਿ 4200 ਕਰੋੜ ਤੋਂ ਵੱਧ ਦਾ ਨੁਕਸਾਨ ਸਰਕਾਰ ਨੂੰ ਹੋਇਆ ਤੇ ਸਰਕਾਰ ਨੇ ਨਹੀਂ ਭੁਗਤ ਕਰਕੇ ਨਹੀਂ ਭੁਗਤ ਕਰਕੇ ਕੇਸ ਅਦਾਲਤਾਂ 'ਚ ਹਾਰ ਲਿਆ ਤੇ ਉਹਦਾ ਫਾਇਦਾ ਬਿਜਲੀਆਂ ਦੀਆਂ ਕੰਪਨੀਆਂ ਨੂੰ ਹੋ ਗਿਆ ਤੇ ਸਰਕਾਰ ਜਿਹੜੀ ਆ ਉਹ 4200 ਰੁਪਏ ਉਹ ਅਕਾਲੀ ਦਲ ਇਹਦੇ ਖਿਲਾਫ ਮੂਵਮੈਂਟ ਕਿਉਂ ਨਹੀਂ ਖੜੀ ਕਰ ਸਕਦਾ ਅਸੀਂ ਦੇਖੋ ਹਰ ਵਿਧਾਨ ਸਭਾ ਦੇ ਵਿੱਚ ਵੀ ਮੁੱਦੇ ਚੁੱਕਦੇ ਪਏ ਆ ਕੁਝ ਮੈਂ ਕਹਾਂ ਸਰਕਾਰ ਨੇ ਇਸ ਗੱਲ ਦਾ ਫਾਇਦਾ ਉਠਾ ਲਿਆ ਕਿ ਪਹਿਲਾਂ ਮਹਾਂਮਾਰੀ ਆ ਗਈ ਤੇ 1 ਸਾਲ ਪੋਲਿਟੀਕਲ ਐਕਟੀਵਿਟੀ ਜਿਹੜੀ ਆ ਉਹ ਕਦੀ ਕਰਫਿਊ ਲੱਗ ਗਿਆ ਕਦੀ ਨਾਈਟ ਕਰਫਿਊ ਲੱਗ ਗਿਆ ਕਦੀ ਪਾਬੰਦੀਆਂ ਲਗੀਆਂ ਗੈਦਰਿੰਗ ਯਾਨੀ ਤੁਹਾਡੇ ਬਹੁਤ ਸਾਰੇ ਮੁੱਦੇ ਮਾਰੇ ਇਸ ਕਰਕੇ ਜਿਹੜਾ ਟਾਈਮ ਨਹੀਂ ਮਿਲਿਆ ਹੁਣ ਜਿਹੜਾ ਕਿਸਾਨੀ ਅੰਦੋਲਨ ਹੈ ਕਾਫੀ ਦਿਨ ਅਸੀਂ ਕੋਈ ਐਕਟੀਵਿਟੀ ਕਰਦੇ ਸੀ ਤੇ ਕਿਸਾਨਾਂ ਵਾਲੇ ਪਾਸੇ ਆ ਜਾਂਦਾ ਸੀ ਕਿ ਸਾਡਾ ਕੰਮ ਕਮਜ਼ੋਰ ਹੁੰਦਾ ਤੁਸੀਂ ਕਿ ਸਾਡੀ ਦੇ ਮੁੱਦੇ ਤੇ ਪਹਿਲਾਂ ਫੋਕਸ ਹੋਣੇ ਦਿਓ ਇਸ ਕਰਕੇ ਅਸੀਂ ਪਾਰਟੀਆਂ ਨੇ ਉਹਨਾਂ ਨੂੰ ਸਮਝ ਦਿੱਤਾ ਕਿ ਉਹਨਾਂ ਦੀ ਵੀ ਜਾਇਜ਼ ਗੱਲ ਕਿ ਬੜੀ دیر ਬਾਅਦ ਦੇ ਟਿਕ ਲੋਕਲਰ ਕਿਸਾਨੀ ਦੇ ਹੱਕ ਚ ਖੜੀ ਆ ਸਾਥ ਲੱਗ ਰਹੇ ਆ ਉਹ ਇਹ ਲੱਗ ਰਿਹਾ ਕਿ ਇਹ ਅੰਦੋਲਨ ਲੰਬਾ ਚੱਲੇਗਾ ਮੇਰੇ ਖਿਆਲ ਵੀ ਪੰਜਾਬ ਦੇ ਵਿਧਾਨ ਸਭਾ ਚੋਣਾਂ ਵੀ ਲੰਘ ਜਾਣਗੀਆਂ ਫਿਰ ਵੀ ਇਹ ਚੱਲ ਸਕਦਾ ਆ ਤੇ ਜੇ ਇਹ ਅੰਦੋਲਨ ਇਸੇ ਰੌਂਚ ਰਿਹਾ ਇਉਂ ਹੀ ਚੱਲਦਾ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਮੁੱਦੇ ਲੈ ਕੇ ਜਾਏਗੀ ਲੋਕਾਂ 'ਚ ਨਹੀਂ ਮੁੱਦੇ ਸਾਡੇ ਤਾਂ ਦੇਖੋ ਪਹਿਲੀ ਗੱਲ ਤਾਂ ਜਿਹੜੇ ਮੈਂ ਕਿਹਾ ਕਿ ਕੱਗਾ ਮਾਫੀ ਦਾ ਮੁੱਦਾ ਕਰ ਕਰ ਨੌਕਰੀਆਂ ਦਾ ਮੁੱਦਾ ਨਸ਼ੇ ਚਾਰ ਹੱfte ਤੇ ਲੱਗ ਤੋਂ ਦੇ ਕਰਨ ਦੇ ਇਸ ਕੈਪਟਨ ਦੇ ਖਿਲਾਫ ਲੈ ਕੇ ਜਾ ਜਿਹੜੇ ਵਾਅਦੇ ਨੇ ਸਰਦਾਰ ਹੋ ਸਕਦੇ ਆ ਨਹੀਂ ਦੇਖੋ ਇਹ ਜਿਹੜੀ ਇਲੈਕਸ਼ਨ ਹੈ ਸਟੇਟ ਅਸੈਂਬਲੀ ਦੀ ਇਲੈਕਸ਼ਨ ਸਟੇਟ ਅਸੈਂਬਲੀ 'ਚ ਮੈਟਰ ਕਰਦਾ ਕਿ ਜਿਹੜਾ ਤੁਸੀਂ ਪਿਛਲੀ ਵਾਰੀ ਜਨਤਾ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਕਿ ਨਹੀਂ ਹਮ ਲਾ ਐਂਡ ਆਰਡਰ ਪੰਜਾਬ ਦੀ ਖਤਮ ਹੋ ਗਈ ਟੋਟਲ ਪੈਰਲਿਸਿਸ ਸਾਡੀ ਗਵਰਨੈਂਸ ਦੀ ਹੋ ਗਈ ਇੱਕ ਵੀ ਜਿਹੜੀ ਹੈਗੀ ਆ ਡਿਵੈਲਪਮੈਂਟ ਦਾ ਕੰਮ ਪੰਜਾਬ ਦੇ ਵਿੱਚ ਨਹੀਂ ਚੱਲ ਰਿਹਾ ਇਹ ਸਾਰੇ ਲੋਕਾਂ ਦੇ ਮੁੱਦੇ ਨੇ ਤੁਸੀਂ ਦੱਸੋ ਇਹਦੇ ਨਾਲ ਕੋਈ ਕਿਸਾਨਾਂ ਦਾ ਮੁੱਦਾ ਠੜਾ ਇੱਕ ਚੀਜ਼ ਤਾਂ ਇੱਕ ਚੀਜ਼ ਤਾਂ ਸਰਕਾਰ ਨੂੰ ਗਣਉਣੀ ਪਊਗੀ ਜਾ ਕੇ ਵੀ ਆ ਕੰਮ ਹੈ 5 ਸਾਲਾਂ 'ਚ ਕੀਤਾ ਅੰਦੋਲਨ ਤਾਂ ਹੁਣ ਸ਼ੁਰੂ ਹੋਇਆ ਤੇ ਇੰਨਾ ਸਮਾਂ ਪਹਿਲਾਂ ਸਰਕਾਰ ਨੇ ਕੀ ਕੀਤਾ ਕੱਖੋ ਨਹੀਂ ਇੱਕ ਇੱਕ ਹੋਰ ਮੁੱਦਾ ਖੜਾ ਹੋ ਗਿਆ ਜਿਹੜੀ ਸਿੱਧੀ ਅਦਾਇਗੀ ਦਾ ਮਾਮਲਾ ਹੈ ਜਿਹੜਾ ਫਸਲਾਂ ਦਾ ਜਿਹੜੀ ਜਿਹੜੀ ਪਹਿਲਾਂ ਜਿਹੜਾ ਪੈਸਾ ਸੀ ਉਹ ਇੱਕ ਤਰ੍ਹਾਂ ਨਾਲ ਆੜਤੀਆਂ ਦੇ ਖਾਤੇ ਜਾਂਦਾ ਸੀ ਆੜਤੀ ਫਿਰ ਅੱਗੇ ਵੰਡਣ ਕਰਦੇ ਸੀ ਉਹ ਸਰਕਾਰ ਨੇ ਕਹੇਗਾ ਸੀ ਸਿੱਧੀ ਕਿਸਾਨਾਂ ਦੇ ਖਾਤੇ 'ਚ ਰਾਸ਼ੀ ਪਾਵਾਂਗੇ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ ਇਹਦਾ ਕੀ ਅਸਰ ਹੋਊਗਾ ਕੋਈ ਵੈਸੇ ਤਾਂ 2017 ਦਾ ਕਾਂਗਰਸ ਦਾ ਮੈਨੀਫੈਸਟੋ ਪੜ ਲਓਗੇ ਉਹਦੇ ਵਿੱਚ ਵੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਗੱਲ ਕੀਤੀ ਹੋਈ ਆ ਕੀਤੀ ਹੋਈ ਆ ਜਿਹੜਾ ਹੁਣ ਕਹਿੰਦੇ ਸਰਕਾਰ ਫੈਸਲਾ ਕਰਦੀ ਆ ਜਿਹੜੀ ਸਰਦਾਰ ਮੁੰਟੇ ਸਿੰਘ ਆਲੋ ਵਾਲੀ ਨੇ ਹੁਣ ਰਪੋਰਟ ਦਿੱਤੀ ਆ ਉਹ ਵੀ ਕਹ ਰਿਹਾ ਕਿ ਡਾਇਰੈਕਟ ਕਿਸਾਨਾਂ ਦੇ ਖਾਤੇ ਚ ਪਿਓ ਪਰ ਕਿਸਾਨ ਦੀ ਜਿਹੜੀ ਮੰਗ ਆ ਅਸੀਂ ਉਹਦੇ ਨਾਲ ਸਹਿਮਤ ਆ ਕਿ ਆਰਟੀਆ ਦਾ ਕਿਸਾਨ ਦਾ ਇੱਕ ਬਹੁਤ ਪ੍ਰਾਣਾ ਰਿਸ਼ਤਾ ਉਸ ਰਿਸ਼ਤੇ ਨੂੰ ਤਾਰ ਤਾਰ ਨਹੀਂ ਕਰਨਾ ਚਾਹੀਦਾ ਇਸ ਕਰਕੇ ਇਹ ਆਪਸ਼ਨ ਦੇਣੀ ਚਾਹੀਦੀ ਆ ਕਿ ਜੇ ਕਿਸਾਨ ਦੀ ਮਰਜ਼ੀ ਹੋਵੇ ਤੇ ਉਹ ਜਿਹੜੀ ਡਾਇਰੈਕਟ ਲਾਈਨ ਦੀ ਤਾਂ ਠੀਕ ਆ ਨਹੀਂ ਤਾਂ ਆਰਤੀ ਦੇ ਸਿਸਟਮ ਦੇ ਵਿੱਚ ਆਰਤੀਆਂ ਨੇ ਵੀ ਕਿਹਾ ਸੀ ਅੰਦੋਲਨ ਕਰਨਾ ਆ ਫਿਰ ਇਹਦੇ ਵਿੱਚ ਅਕਾਲੀ ਦਲ ਦਾ ਕੀ ਸਟੈਂਡ ਨਹੀਂ ਨਾ ਚੋੜੀ ਅਸੀਂ ਅਸੀਂ ਤੇਹੀ ਕਹਿਣਾ ਕਿ ਕਿਸਾਨ ਦੀ ਮਰਜ਼ੀ ਤੇ ਹੀ ਛੱਡਣਾ ਚਾਹੀਦਾ ਉਹਨੂੰ ਆਪਸ਼ਨ ਦੇਣੀ ਚਾਹੀਦੀ ਹੈ ਜੇ ਉਹ ਆਰਤੀ ਦੇ ਕੋਲ ਲੈਣਾ ਚਾਹੁੰਦਾ ਤਾਂ ਉਹਨੂੰ ਆਰਤੀਏ ਦਾ ਤੇ ਉਹਦਾ ਰਿਸ਼ਤਾ ਜ਼ਬਰਦਸਤੀ ਖਰਾਬ ਨਹੀਂ ਕਰਨਾ ਚਾਹੀਦਾ ਕਿਉਂਕਿ ਆਰਤੀਆ 24 ਘੰਟੇ ਉਹਦੀ ਬੈਕ ਤੇ ਹਰ ਛੋਟੇ ਮੋਟੇ ਕੰਮ ਚ ਦੁੱਖ ਸੁੱਖ ਚ ਜਦੋਂ ਉਹਨੂੰ ਮਾਈਕ ਲੋਡ ਪੈਂਦੀ ਹੈ ਉਹ ਆਰਤੀਆ ਉਹਦੀ ਲੋਡ ਪੂਰੀ ਕਰਦਾ ਇਸ ਕਰਕੇ ਸਦੀਆਂ ਤੋਂ ਇਹ ਰਿਲੇਸ਼ਨ ਚੱਲਿਆ ਆ ਰਿਹਾ ਉਨੂੰ ਖਰਾਬ ਨਹੀਂ ਕਰਨਾ ਚਾਹੀਦਾ ਇਹ ਸਾਡਾ ਸ਼ੁਰੂ ਤੋਂ ਸਟੈਂਡ ਹੈ ਜਿਹੜਾ ਜਿਹੜਾ ਇਹਦੇ ਵਿੱਚ 2% ਦੀ ਕਟੌਤੀ ਕੀਤੀ ਕੇਂਦਰ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਗਲਤ ਹੈ ਮੈਂ ਸਮਝਦਾ ਕਿ ਜਿਹੜੇ ਕੇਂਦਰ ਨੇ ਕੁਝ ਪਾਬੰਦੀਆਂ ਲਾਈਆਂ ਇੱਕ ਤਾਂ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਫੰਡ ਆ ਉਹਨੂੰ ਰੋਕਣਾ ਉਹ ਸਟੇਟ ਦੇ ਨਾਲ ਬਹੁਤ ਵੱਡਾ ਧੱਕਾ ਕਟੌਤੀਆਂ ਇਸ ਤਰ੍ਹਾਂ ਕਰਨੀਆਂ ਇਹ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੈ ਕਿਉਂਕਿ ਜਿਹੜਾ ਆਰਟੀਆ ਉਹ ਸਰਸਰਸ ਪ੍ਰੋਵਾਈਡ ਕਰਦਾ ਉਹਤੇ ਬਾਲ ਨੂੰ ਲਵਾਉਣਾ ਸਾਫ ਕਰਨਾ ਬੋਰੀਆਂ ਚ ਪੈਕ ਕਰਨਾ ਤੁਲਾਈ ਕਰਨੀ ਦੁਬਾਰਾ ਉਹਦੀ ਲੋਡਿੰਗ ਕਰਨੀ ਇਹ ਸਾਰੀਆਂ ਸਰਸਜੋ ਜਿਹੜੀ ਹੈਗਿਆ ਉਹ ਇੱਕ ਸੈਲੀਟੇਟਰ ਦੇ ਤੌਰ ਤੇ ਪ੍ਰਾਈਡ ਕਰਦਾ ਇਹਨਾਂ ਨੇ ਬਚੋਲੀਆਂ ਨਵਾਂ ਨਾਮ ਦਿੱਤਾ ਉਹ ਬਚੋਲੀਆਂ ਨਾਮ ਨਹੀਂ ਹੈ ਸੈਲੀਟੇਟਰ ਉਹਦਾ ਸਹੀ ਨਾਮ ਹੈ ਕਿ ਸਯੋਗ ਕਰਦਾ ਉਹਦੇ ਨਾਲ ਜਿਹੜੀ ਪ੍ਰੋਕੂਰਮੈਂਟ ਹੈ ਉਹ ਫਾਸਟ ਹੁੰਦੀ ਹੈ ਇਸ ਕਰਕੇ ਇਹ ਜਿਹੜੀਆਂ ਇਤਨੇ ਪਾਬੰਦੀਆਂ ਲਾ ਕੇ ਬੇਸਿਕਲੀ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਜਿਹੜੇ ਕਾਨੂੰਨ ਨੇ ਉਹ ਲਾਗੂ ਹੋਣ ਉਹ ਗੜਾ ਘੁੱਟ ਕੇ ਕਾਨੂੰਨ ਲਾਗੂ ਕਰਾਉਣਾ ਚਾਹੁੰਦੇ ਆ ਜਿਹੜਾ ਕਿ ਮੈਂ ਸਮਝਦਾ ਸੰਭਵ ਨਹੀਂ ਕਿਸਾਨੀ ਦੇ ਡਾਕਟਰ ਸਾਹਿਬ ਜੀ ਥੋੜੀ ਜੀ ਗੱਲ ਸਮਝ ਨਹੀਂ ਹੋਵੇ ਜਿਹੜਾ ਉਹ ਪੈਸਾ ਹੈ ਜਿਹੜਾ 24.400 ਕਰੋੜ ਦੇ ਜਿਹੜਾ ਰੁਪਈਆ ਉਹ 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 ਜਿਹੜਾ ਆੜਤੀਆਂ ਦੇ ਖਾਤੇ ਵਿੱਚ ਜਾਂਦਾ ਹੈ ਕਿ ਉਹ ਕੇਂਦਰ ਦੇ ਕੋਲ ਇਸ ਤਰ੍ਹਾਂ ਦੇ ਖਾਤਾ ਨੰਬਰ ਪੰਜਾਬ ਸਟੇਟ ਸਰਕਾਰ ਨੇ ਭੇਜੇ ਹੋਏ ਆ ਕਿ ਤੁਸੀਂ ਇਹਨਾਂ 'ਚ ਪਾਉਣਾ ਹੈ ਨਹੀਂ ਗੱਲ ਇਹ ਹੈ ਇਹਨਾਂ ਨੇ ਇੱਕ ਸਿਸਟਮ ਬਣਾਇਆ ਆਪਣਾ ਇੱਕ ਪੋਰਟਲ ਨਵਾਂ ਬਣਾਇਆ ਹੂੰ ਕੇਂਦਰ ਸਰਕਾਰ ਨੇ ਹੂੰ ਉਦੇ ਪੋਰਟਲ ਦੇ ਰਾਈ ਜਿਹੜੀ ਹੈਗੀ ਆ ਉਹ ਪੇਮੈਂਟ ਜਿਹੜੀ ਹੈ ਉਹ ਹੁੰਦੀ ਹੈ ਜੀ ਕਿਉਂਕਿ ਉਹ ਨੰਬਰ ਸਾਰੇ ਆਰਤੀਆਂ ਦੇ ਕਿਸਾਨਾਂ ਦੇ ਉਹਦੇ ਚ ਅਪਲੋਡ ਹੁੰਦੇ ਆ ਹੂੰ ਨੇ ਆਰਤੀ ਦੇ ਤੇ ਵੀ ਅਹੀ ਸ਼ਰਤ ਲਾਰੇ ਆ ਕਿ ਜੋ ਤੁਸੀਂ ਪੇਮੈਂਟਾਂ ਕਰਦੇ ਹੋ ਉਹਨੂੰ ਵੀ ਨਾਲ ਪੋਰਟਲ ਦੇ ਵਿੱਚ ਐਡ ਕਰੋ ਜਿਹੜਾ ਕਿ ਆਰਤੀਆਂ ਦੀ ਐਸੋਸੀਏਸ਼ਨ ਜਿਹੜਾ ਇਸ ਕੱਲ ਨੂੰ ਅਪੋਜ਼ ਕਰ ਰਹੀਆਂ ਹਨ ਇਸ ਲਈ ਇਹੋ ਜਿਹੇ ਜਿਹੇ ਮਸਲੇ ਨੇ ਮੈਂ ਸਮਝਦਾ ਕਾਲੀ ਨਹੀਂ ਕੇਂਦਰ ਸਰਕਾਰਾਂ ਨੂੰ ਤੇ ਸੁਪਰ ਸਰਕਾਰਾਂ ਨੂੰ ਕਰਨੀ ਚਾਹੀਦੀ ਬੈਠ ਕੇ ਹੱਲ ਕਰਨੇ ਚਾਹੀਦੇ ਉਹਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ ਤਰਕ ਹੁੰਦਾ ਹੂੰ ਕਈ ਉਹਨਾਂ ਦੀਆਂ ਥੱਲੇ ਪ੍ਰੈਕਟੀਕਲ ਡਿਫਿਕਲਟੀਜ਼ ਹੁੰਦੀਆਂ ਨੇ ਹੂੰ ਇਸ ਕਰਕੇ ਕੱਲਾ ਦਫਤਰਾਂ ਦੇ ਵਿੱਚ ਬੈਠ ਕੇ ਫੈਸਲਾ ਲੈ ਲੈਣਾ ਜਿਹੜੀ ਥੱਲੇ ਜਿਹਦੇ ਤੇ ਡਾਗੂ ਹੁੰਦਾ ਉਹਦੀ ਗੱਲ ਸੁਣੀ ਜਾਣੀ ਚਾਹੀਦੀ ਆ ਇਹ ਸਿਸਟਮ ਅੱਜ ਤੋਂ ਨਹੀਂ ਬੜੀ ਦੇਰ ਤੋਂ ਚੱਲਦਾ ਹੂੰ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੱਲ ਬੈਟਰ ਹੈ ਤੇ ਤੁਸੀਂ ਸਾਲ ਰੁੱਕ ਕੇ ਉਹਨਾਂ ਨੂੰ ਸਮਝਾਓ ਹੂੰ ਜੋ ਠੀਕ ਹੋਏਗਾ ਹਾਲੇ ਡੈਪਟ ਕਰ ਲੈਣਗੇ ਕਾਹਲੀ ਕਾਦੀ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਰੂਪ ਨਵਾਂ ਜਿਹੜਾ ਹੈਗਾ ਉਹ ਕੀ ਦੇਖਣ ਨੂੰ ਮਿਲ ਸਕਦਾ ਤੇ ਕੋਈ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਸਾਡੇ ਹੁਣ ਸ਼ਤਾਬਦੀ ਵਧਾ ਚੱਲ ਰਿ ਅਸੀਂ ਹਮੇਸ਼ਾ ਲੋਕ ਸੇਵਾ ਦੇ ਵਿੱਚ ਵਿਸ਼ਵਾਸ ਰੱਖਿਆ ਔਰ ਜੋ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਉਹਨੂੰ ਡਿਲੀਵਰ ਕੀਤਾ। ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮਿਹਰਬਾਨੀ। ਤੁਸੀਂ ਸਮਾਂ ਕੱਢਿਆ ਔਰ ਤੁਸੀਂ ਸਾਰੇ ਜਿਹੜੇ ਜਿੰਨੇ ਹੁਣ ਤੱਕ ਤੁਹਾਡੇ ਅੱਗੇ ਮਸਲੇ ਰੱਖੇ ਆ ਤੁਸੀਂ ਉਹਨਾਂ ਦਾ ਜਵਾਬ ਬਹੁਤ ਹੀ ਬੇਬਾਕੀ ਨਾਲ ਦਿੱਤਾ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਤੁਹਾਨੂੰ ਇੱਕ ਵਾਰ ਫਿਰ ਬੁਲਾ ਕੇ ਬਾਕੀ ਰਹਿਦੀਆਂ ਗੱਲਾਂ ਤੇ ਜ਼ਰੂਰ ਗੱਲਬਾਤ ਕਰਾਂਗੇ। ਇਹ ਪ੍ਰੋਗਰਾਮ ਕਿਵੇਂ ਲੱਗਾ ਤੁਸੀਂ ਆਪਣੀ رائے ਜ਼ਰੂਰ ਦੇਣਾ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਸਾਡਾ ਬਣੇ ਰਹਿਣ ਲਈ।